ਤੀਜੀ ਜਮਾਤ ਦੇ ਪਿਆਰੇ ਵਿਦਿਆਰਥੀਓ ਪਾਠ ਚੋਦਮਾ ਪਾਣੀ ਦੇ ਸਰੋਤ ਦੇ ਪਿਛਲੇ ਹਿੱਸੇ ਅੰ ਵਿੱਚ ਤੁਸੀਂ ਇਹ ਸਮਝ ਚੁੱਕੇ ਹੋ ਕਿ ਪਾਣੀ ਹੀ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਬਿਨਾ ਜੀਵਨ ਦੀ ਕਲਪਨਾ ਕਰਨਾ ਵੀ ਸੰਭਵ ਨਹੀਂ ਹੈ ਤੇ ਤੁਸੀਂ ਪਾਠ ਵਿੱਚ ਪਾਣੀ ਦੇ ਵੱਖ-ਵੱਖ ਕੁਦਰਤੀ ਸਰੋਤਾਂ ਬਾਰੇ ਵੀ ਜਾਣ ਚੁੱਕੇ ਹੋ ਜਿਵੇਂ ਵਰਖਾ ਬਰਫਬਾਰੀ ਅਤੇ ਨਦੀਆਂ ਜਾਂ ਦਰਿਆ ਆਓ ਅੱਜ ਅਸੀਂ ਪਾਣੀ ਦੇ ਕੁਝ ਹੋਰ ਸਰੋਤਾਂ ਬਾਰੇ ਜਾਣਦੇ ਹਾਂ ਬੱਚਿਓ ਕੀ ਤੁਹਾਨੂੰ ਪਤਾ ਹੈ ਕਿ ਪਾਣੀ ਨੂੰ ਦੂਰ ਦੂਰ ਤੱਕ ਦੇ ਖੇਤਾਂਾਂ ਤੱਕ ਕਿਵੇਂ ਪਹੁੰਚਾਇਆ ਜਾ ਸਕਦਾ ਹੈ ਹੂੰ ਬਿਲਕੁਲ ਸਹੀ ਸੋਚ ਰਹੇ ਹੋ ਬੱਚਿਓ ਪਾਣੀ ਨੂੰ ਦੂਰ ਦੂਰ ਤੱਕ ਦੇ ਖੇਤਾਂ ਵਿੱਚ ਪਹੁੰਚਾਉਣ ਲਈ ਨਹਿਰਾਂ ਜਾਂ ਸੂਏ ਬਣਾਏ ਜਾਂਦੇ ਹਨ ਆਓ ਸਭ ਤੋਂ ਪਹਿਲਾਂ ਅਸੀਂ ਨਹਿਰਾ ਬਾਰੇ ਜਾਣਦੇ ਹਾਂ ਕਿ ਨਹਿਰਾ ਕੀ ਹੁੰਦੀਆਂ ਹਨ ਪਿਆਰੇ ਵਿਦਿਆਰਥੀਓ ਨਹਿਰਾ ਇੱਕ ਅਜਿਹਾ ਜਲਮਾਰਗ ਹਨ ਜੋ ਕਿ ਕੁਦਰਤੀ ਨਹੀਂ ਹੁੰਦਾ ਸਗੋਂ ਇਹਨਾਂ ਖਦਵਾਰਾ ਆਪਣੀ ਲੋੜਾਂ ਪੂਰੀਆਂ ਕਰਨ ਲਈ ਬਣਾਇਆ ਜਾਂਦਾ ਹੈ ਨਹਿਰਾਂ ਦਾ ਪਾਣੀ ਵਾਟਰ ਬਾਕਸ ਵਿਭਾਗ ਰਾਹੀਂ ਫਿਲਟਰ ਕਰਕੇ ਟੂਟੀਆਂ ਰਾਹੀਂ ਘਰਾਂ ਵਿੱਚ ਪੀਣ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਫਸਲਾਂ ਦੀ ਸਿੰਚਾਈ ਲਈ ਵੀ ਕੀਤੀ ਜਾਂਦੀ ਹੈ ਨਹਿਰਾਂ ਵਿੱਚੋਂ ਹੀ ਅੱਗੇ ਖੇਤਾਂ ਤੱਕ ਪਾਣੀ ਪੰਚਾਣ ਲਈ ਸੂਏ ਕੱਢੇ ਜਾਂਦੇ ਹਨ ਇਸ ਨਾਲ ਖੇਤਾਂ ਤੱਕ ਪਾਣੀ ਆਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਤੁਸੀਂ ਵੀ ਸਫ਼ਰ ਦੇ ਦੌਰਾਨ ਅਕਸਰ ਨਹਿਰਾਂ ਵੇਖੀਆਂ ਹੋਣਗੀਆਂ ਜਿਵੇਂ ਭਾਖੜਾ ਨਹਿਰ ਚਲੋ ਹੁਣ ਅਸੀਂ ਪਾਣੀ ਦੇ ਅਗਲੇ ਸਰੋਤ ਬਾਰੇ ਚਰਚਾ ਕਰਦੇ ਹਾਂ ਟੋਬੇ ਜਾਂ ਤਲਾਬ ਬੱਚਿਓ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਟੋਬਾ ਜ਼ਰੂਰ ਦੇਖਿਆ ਹੋਵੇਗਾ ਇਕ ਕਿਸੇ ਵੀ ਖੇਤਰ ਦੇ ਉਹ ਨੀਵੇਂ ਹਿੱਸੇ ਹੁੰਦੇ ਹਨ ਜਿਨ੍ਹਾਂ ਵਿੱਚ ਵਰਖਾ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਕਈ ਥਾਵਾਂ ਤੇ ਤਲਾਬ ਬਣਾ ਕੇ ਮੱਛੀ ਪਾਲਣ ਵੀ ਕੀਤਾ ਜਾਂਦਾ ਹੈ ਜੋ ਕਿ ਰੁਜ਼ਗਾਰ ਦਾ ਸਾਧਨ ਵੀ ਬਣ ਗਿਆ ਹੈ ਟੋਬੇ ਜਾਂ ਤਲਾਬ ਦਾ ਪਾਣੀ ਫਸਲਾਂ ਦੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਹੈ ਇਸ ਤਰ੍ਹਾਂ ਟੋਬੇ ਜਾਂ ਤਲਾਬ ਪਾਣੀ ਦਾ ਵਧੀਆ ਅਤੇ ਆਸਾਨੀ ਨਾਲ ਉਪਲਬਧ ਹੋਣ ਵਾਲਾ ਸਰੋਧਨ ਸੋ ਪਿਆਰੇ ਵਿਦਿਆਰਥੀਓ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਅਸੀਂ ਜਿੰਨਾ ਸਰੋਤਾਂ ਬਾਰੇ ਚਰਚਾ ਕੀਤੀ ਹੈ ਉਹ ਤੁਹਾਨੂੰ ਸਮਝ ਆ ਗਏ ਹੋਣਗੇ ਸੋ ਬੱਚਿਓ ਹੁਣ ਹੈ ਵਾਰੀ ਘਰ ਦੇ ਕੰਮ ਦੀ ਸੋ ਤੁਹਾਡਾ ਘਰ ਦਾ ਕੰਮ ਇਹ ਹੈ ਕਿ ਤੁਸੀਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਸੁੰਦਰ ਲਿਖਾਈ ਵਿੱਚ ਆਪਣੀ ਕਾਪੀ ਉੱਤੇ ਲਿਖਣੇ ਹਨ